ਮਾੜਾ ਜਾਂ ਕਿਸੇ ਦਾ ਗਲੀ ਚ ਮੋਟਰਸਾਈਕਲ ਸਕੂਟਰ ਖੜਕ ਜੇ ਠੂ ਵਾਰ ਚ ਮੈਂ ਤਾਂ ਐ ਕਹਿੰਦੀ ਸੁਪਾਲ ਜੱਗੀ ਕੇ ਨਾ ਕਿੱਲਾ ਜ਼ਮੀਨ ਦਾ ਦੇਣ ਨੂੰ ਕਹਿੰਦੇ ਨੇ ਆਪਾਂ ਲੈ ਲੈਨੇ ਆਪਣੇ ਖੇਤ ਦੇ ਨਾਲ ਲੱਗਦਾ ਨਾਲ ਲੱਗਦੀ ਜ਼ਮੀਨ ਮਿਲਦੀ ਨਹੀਂ ਉਹ ਤਾਂ ਐ ਤਾਂ ਹੈਗਾ ਵੀ ਨਾਲ ਲੱਗਦੀ ਜ਼ਮੀਨ ਨਹੀਂ ਮਿਲਦੀ ਮੈਂ ਕਹਿੰਦੀ ਘਰ ਵਾਰ ਦਾ ਕਰ ਲੈਂਦੇ ਕੁਛ ਉਹ ਘਰ ਵਾਰ ਦਾ ਫੇਰ ਕਰ ਲਾਂਗੇ ਹੈ ਚੱਲ ਫਿਰ ਐ ਦੇਖ ਲਓ ਦੇਖ ਤਾਂ ਲੈਨੇ ਆ ਪੈਸਿਆਂ ਦਾ ਤਾਂ ਫਿਰ ਹੋਰ ਪ੍ਰਬੰਧ ਕਰਨਾ ਪਊਗਾ ਹਾਂ ਇਹ ਤਾਂ ਕਰਨਾ ਪਊਗਾ ਥੋੜੇ ਰਹਿਣਗੇ ਹਾਂ ਮੈਂ ਤਾਂ ਕਹਿੰਦਾ ਭੂਆ ਕੇ ਤੋਂ ਫੜ ਲੈਨੇ ਆਂਗੇ 2-2.5 ਲੱਖ ਰੁਪਇਆ ਹਾਂ ਹਾਂ ਜਵਾਬ ਤਾਂ ਭੂਆ ਦਿੰਦੀ ਨਹੀਂ ਹਾਂ ਜਵਾਬ ਤਾਂ ਕਰਨ ਦਿੰਦੇ ਨੇ ਨਾ ਨਾ ਜਵਾਬ ਨਹੀਂ ਆਪਾਂ ਸੋਨਾ ਵੇਚ ਦੇਾਂਗੇ ਹਾਂ ਹਾਂ ਹੈਗੇ ਸੋਨਾ ਹੈਗੇ ਨੇ ਫਿਰ ਸੋਚਦੇ ਕਿ ਉਹ ਮਾਰ ਲਓ ਮੋਰਚਾ ਮੈਂ ਬੇਬੇ ਹੋਰਾਂ ਨੂੰ ਪੁੱਛਣ 2 ਲੱਖ ਰੁਪਇਆ ਉਹ ਵੱਧ ਕਰ ਦੇਣਗੇ ਆਪਣੀ ਬਸ ਠੀਕ ਹੈ ਫਿਰ ਹੈ ਤੂੰ ਬੇਬੇ ਨਾਲ ਗੱਲ ਕਰ ਮੈਂ ਭੂਆ ਹੋਰਾਂ ਕੋਲ ਜਾ ਕੇ ਆਉਣਾ ਉਹਨਾਂ ਨਾਲ ਕਰਦਾ ਗੱਲ ਜਿਆਦਾ ਟਾਈਮ ਨਹੀਂ ਪਾਉਣਾ ਆਪਾਂ ਕੋਈ ਹੋਰ ਨਾ ਲੈ ਲੈ ਕਿਤੇ ਹਾਂ ਹਾਂ ਬੇਬੇ ਤਾਂ ਹੁਣ ਮੈਂ ਹੁਣ ਕਰ ਦਨੀ ਆ ਆ ਜਾਓ ਆ ਜਾਓ ਆ ਜਾਓ ਆਓ 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 ਖਾ ਲਓ ਆਓ 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 ਹਾਂ ਬਸ ਠੀਕ ਹੈ ਹੋਰ ਤਕੜੀਆਂ ਭੈਣੇ ਤਕੜੀਆਂ ਸਤਿ ਸ੍ਰੀ ਅਕਾਲ ਚਾਚੀ ਸਤਿ ਸ੍ਰੀ ਅਕਾਲ ਠੀਕ ਹੋ ਹਾਂ ਠੀਕ ਆ ਬੈਜੋ ਠੀਕ ਹੈ ਹਾਂ ਹਾਂ ਬੈਜੋ ਮੈਂ ਤਾਂ ਦੁਕਾਨ ਤੇ ਜਾਂਦੀ ਸੀ ਬਿੱਟੂ ਦੀ ਤੇ ਸੌਂਗੀ ਲੈਣ ਮੈਂ ਕਿਹਾ ਖੋਪੇ ਦੀ ਠੂਠੀ ਤਾਂ ਹੈਗੀ ਐ ਚੱਲ ਖੀਰ ਧਰ ਲਾਂਗੇ ਮੱਖਿਆ ਚੱਲ ਵਧੀਆ ਭੈਣੇ ਖੀਰ ਬਣਾ ਲੇਂਗੀ ਤਾਜੀ ਸੂਈ ਮੈਂ ਛੋਡੀ ਹਾਂ ਭੈਣੇ ਹੋਰ ਸਾਡੀ ਤਾਂ ਥੋੜਾ ਥੋੜਾ ਦੁੱਧ ਦਿੰਦੇ ਤੋਕੜ ਹੋ ਰਹੀ ਐ ਜਵਾਕ ਤਾਂ ਸਾਡੇ ਵੀ ਮੰਗਦੇ ਸੀ ਖੀਰ ਇੱਕ ਦਿਨ ਹਾਂ ਹੋਰ ਰਵਾਨ ਨਿੰਨ ਕੇ ਖਵਾ ਦੇ ਆਪਦੀਆਂ ਪੋਤੀਆਂ ਨੂੰ ਹੋਰ ਖਵਾਉਂਗੀ ਭੈਣੇ ਮੈਂ ਤਾਂ ਸੋਨੂੰ ਤੁਰੀ ਜਾਂਦੀ ਸੀ ਬੈਠੀ ਉਹਨੇ ਦੇਖ ਕੇ ਆ ਗਈ ਅੱਛਾ ਚੱਲ ਕੋਈ ਗੱਲ ਨਹੀਂ ਆ ਗਈ ਜੇ ਫਿਰ ਕੀ ਹੋ ਗਿਆ 3 ਦਿਨ ਹੋ ਗਏ ਚਾਚੀ ਅਸੀਂ ਬਣਾਈ ਤੀ ਖੀਰ ਤਾਂ ਉਹ ਤਾਂ 2 ਡੰਗ ਦਿੰਦੀ ਹੁੰਦੀ ਮੈਂ ਦੁੱਧ ਹੁਣ ਬਾਲੇ ਪਾਲੇ ਕਰਕੇ ਘਟ ਗਈ ਥੋੜਾ ਦੇਣ ਲੱਗ ਗਈ ਹੋਰ ਮੈਂ ਇਸ ਤਾਂ ਭਣੇ ਸਾਨੂੰ ਵੀ ਲੈਣੀ ਪਊਗੀ ਹੁਣ ਆਇਆ ਵੀ ਇੰਨਾ ਕ ਡੰਗਾ ਲਾਉਂਦੀ ਐ ਚੱਲ ਦੇਈ ਜਾਂਦੀ ਐ ਜੇ ਪਸੇਰੀ ਕੇ ਦੁੱਧ ਫੇਰ ਕਹਾਂ ਸਾਨੂੰ ਮੈਂ ਲਿਆ ਦੂਗੀ ਮੈਂ ਕਹਾਂ ਉਹ ਦੂਰ ਜਾ ਕੇ ਸੁਣਗੀਆਂ ਦੂਜੀਆਂ ਗਾਈਆਂ ਮੈਸਾਂ ਹਾਂ ਹੋਰ ਉਹ 4-4 ਮਹੀਨਾਂ ਦੀਆਂ ਗੱਬਣਾ ਨੇ ਹਾਂ ਲੈ ਲਓ ਕੋਈ ਤੋਕੜ ਲੈ ਲਓ ਹਾਂ ਮੈਂ ਕਹਾਟੀ ਤੋਂ ਲੈ ਲਾਂਗੇ ਹੁਣ ਤਾਂ ਵਧੀਆ ਡੰਗਾ ਲੈਂਦੇ ਹੈ ਚਾਹ ਪਾਣੀ ਤਾਂ ਵਧੀਆ ਖੁੱਲਾ ਕਰਾਈ ਜਾਂਦੀ ਐ ਐਂ ਤਾਂ ਪੀ ਵੀ ਲੈਂਦੇ ਨੇ ਆਥਣੇ ਜਵਾਕ ਚੱਲ ਠੀਕ ਐ ਭੈਣੇ ਫਿਰ ਹੋਰ ਬਸ ਆ ਫਿਰ ਲੈ ਲਾਂਗੇ ਮੈਂ ਕਹਾਂ ਅਜੇ ਹੋਰ ਲੰਘ ਜਾਣਦੇ 2 ਮਹੀਨੇ ਹਾਂ ਸੱਚ ਭੈਣੇ ਤੁਸੀਂ ਜੱਗੀ ਕੀ ਜ਼ਮੀਨ ਲੈਣ ਨੂੰ ਕਹਿੰਦੇ ਤੇ ਬਣੀ ਨਹੀਂ ਕੋਈ ਗੱਲ ਨਾ ਭੈਣੇ ਹਜੇ ਤਾਂ ਬਣਿਆ ਨਹੀਂ ਕੋਈ ਪੈਸੇ ਦਾ ਪ੍ਰਬੰਧ ਨਹੀਂ ਬਣਿਆ ਤੈਨੂੰ ਕਿਹਨੇ ਦੱਸਤਾ ਭੈਣੇ ਬਸ ਲੱਗ ਗਿਆ ਮੈਨੂੰ ਪਤਾ ਕਿਤੋਂ ਆਹੀ ਲੱਗ ਜਾਂਦਾ ਅੱਛਾ ਹਜੇ ਤਾਂ ਪੈਸੇ ਦਾ ਪ੍ਰਬੰਧ ਕਰਦੇ ਫਿਰਦੇ ਚਾਚੀ ਬਾਕੀ ਜੱਗੀ ਹੋਰਾਂ ਤਾਂ ਗੱਲ ਹੋ ਗਈ ਸਾਡੀ ਚੱਲ ਵਧੀਆ ਹੋ ਗਿਆ ਤੁਹਾਡੀ ਜ਼ਮੀਨ ਦੇ ਨਾਲ ਲੱਗਦਾ ਕਿੱਲਾ ਹਾਂ ਚਾਚੀ ਚੱਲ ਸੁਖਪਾਲ 2.5 ਲੱਖ ਦੀ ਤਾਂ ਤੁਹਾਡੇ ਘਰ ਦੇ ਵੀ ਮਦਦ ਕਰ ਦੇਣਗੇ ਤੈ ਕਹੇ ਹੀ ਹੋਊ ਉਹਨਾਂ ਨੂੰ ਹਾਂ ਚਾਚੀ ਕਿਹਾ ਤਾਂ ਹੈਗਾ ਹਾਂ ਥੋੜੀ ਮੋਟੀ ਮਦਦ ਤਾਂ ਤੁਹਾਡੀ ਭੂਆ ਵੀ ਕਰ ਦੂਗੀ ਜਵਾਬ ਨਹੀਂ ਦਿੰਦੀ ਉਹ ਮਦਦ ਕਰ ਦੂਗੀ ਉਹ ਬਣ ਜੂ ਜ਼ਮੀਨ ਤਾਂ ਹਾਂ ਹਾਂ ਚਾਚੀ ਬਣ ਜੂਗੀ ਜੇ ਸੋਚ ਹੀ ਲਿਆ ਵੀ ਲੈਣੀ ਹੈ ਹਾਂ ਹਾਂ ਦਿਆਲੇ ਕੇ ਵੀ ਲੈਣ ਨੂੰ ਫਿਰਦੇ ਸੀ ਭੈਣੇ ਚੱਲ ਸਸਤੀ ਬਣਦੀ ਹੈ ਉਹਨਾਂ ਨੂੰ ਵੀ ਗਰਜ ਹੈ ਜੱਗੀ ਕਿਆਂ ਨੂੰ ਵੀ ਉਹ ਸਾਨੂੰ ਦੇ ਕੇ ਖੁਸ਼ ਨੇ ਭੈਣੇ ਹੋਰ ਬਾਕੀ ਉਹਨਾਂ ਨੇ ਤਾਂ ਵੇਚਣੀ ਹੈ ਸਾਨੂੰ ਐਂ ਵੀ ਅਸੀਂ ਲੈ ਲਈਏ ਚੱਲ ਸਾਡੀ ਜ਼ਮੀਨ ਦੇ ਨਾਲ ਲੱਗਦੀ ਹੈ ਚੱਲ 2 ਫੁੱਟ ਜਵਾਕ ਦੇ ਵਿੱਚ ਰਲ ਜਾਣਗੇ ਦਿਆਲੇ ਕਿਆਂ ਨੂੰ ਦੂਰ ਪੈਂਦੀ ਹੈ ਭੈਣੇ ਹਾਂ ਸਹੀ ਗੱਲ ਹੈ ਲੈ ਲਓ ਵਧੀਆ ਹੋ ਜੂ ਹਾਂ ਉਹ ਤਾਂ ਵਧੀਆ ਜਾਊ ਭੈਣੇ ਚਾਚੀ ਬੈਠੋ ਤੁਸੀਂ ਮੈਂ ਚਾਹ ਬਣਾ ਕੇ ਲਿਆਉਣੀ ਨਾ ਨਾ ਚਾਹ ਨਹੀਂ ਪੀਣੀ ਜਾਨੀਆਂ ਹੱਟ ਤੇ ਬਹਿ ਜਾ ਨਾ ਭੈਣੇ ਜਾਨੀਆਂ ਹੱਟ ਤੇ ਮੈਂ ਸੌਂਗੀ ਲਿਆਉਣੀ ਆਂਗੀ ਖੀਰ ਬਣਾਉਣੀ ਹੈ ਇਹਨੂੰ ਕਿਵੇਂ ਪਤਾ ਲੱਗ ਗਿਆ ਜ਼ਮੀਨ ਬਾਰੇ ਹਾਂ ਆਪਾਂ ਤਾਂ ਕਿਸੇ ਕੋਲੇ ਗੱਲ ਹੀ ਨਹੀਂ ਕਰੀ ਕੀ ਪਤਾ ਕਿੱਥੋਂ ਪਤਾ ਲੱਗ ਗਿਆ ਫਿਰ ਇਹਨੂੰ ਨਾਲੇ ਆਪਾਂ ਤਾਂ ਬੇਬੇ ਗੱਲ ਕਿਹਦੇ ਕੋਲੇ ਕਰਨੀ ਤੀ ਮੈਨੂੰ ਸਾਰਾ ਪਤਾ ਹੈ ਬੇਬੇ ਇਹ ਆਪਦੇ ਕੋਠੇ ਤੇ ਚੜਦੀ ਹੈ ਦਾਣੇ ਪਾਉਣ ਦੇ ਬਹਾਨੇ ਚਿੜੀਆਂ ਨੂੰ ਇਹਦਾ ਧਿਆਨ ਤਾਂ ਸਾਰਾ ਆਪਣੀਆਂ ਗੱਲਾਂ 'ਚ ਹੁੰਦਾ ਮੈਂ ਤੇ ਜੱਸਾ ਤੜਕੀ ਉਰੇ ਗੱਲਾਂ ਕਰੀ ਜਾਂਦੇ ਤੇ ਇਹ ਜ਼ਮੀਨ ਦੀਆਂ ਇਹਨੂੰ ਕੀ ਪਤਾ ਲੱਗ ਗਿਆ ਵੀ ਭੂਆ ਤੋਂ ਲੈਣੇ ਨੇ ਕਿ ਪੇਕੇ ਤੋਂ ਮੰਗਾਉਣੇ ਨੇ ਕਿਵੇਂ ਇੰਤਜ਼ਾਮ ਕਰਨੇ ਨੇ ਨਾਲੇ ਐਂ ਵੀ ਦੱਸ ਗਈ ਵੀ ਭੂਆ ਸਾਨੂੰ ਜਵਾਬ ਨਹੀਂ ਦਿੰਦੀ ਸਹੀ ਗੱਲ ਹੈ ਇਹ ਤਾਂ ਰੋਟੀ ਜੀ ਭੋਰ ਕੇ ਰੋਜ਼ ਹੀ ਚਿੜੀਆਂ ਨੂੰ ਪਾਉਣ ਕੋਠੇ ਤੇ ਚੜ ਜਾਂਦੀ ਹੈ ਮੈਂ ਇਹਨੂੰ ਪਹਿਲਾਂ ਵੀ ਕਈ ਵਾਰੀ ਦੇਖਿਆ ਫੇਰ ਆ ਜੂਗੀ ਭੇਤ ਲੈਣ ਦੀ ਮਾਰੀ
हां बेबे ये अपनी बिड़का लेंदी है, मैं तो ऐ हैरान आ रहे थे। ओही तो गल है पुत, मैं तो ऐ कहनी हां इनू मिलदा की है अपनी गल्ला सुन के। कई बुढ़िया नू बेबे आती हुंदी है मिलना मिलाना की थी, कई बारी मैं इनू गली च भी देखे, बस ऐ देखी जाओ अगले दे घर कनी कौन इन्हां दे आउंदा है कौन इन्हां दे जांदा है। होर बेबे ये तो मोटरसाइकिल स्कूटर गली च खड़कन नहीं दिंदी, ओदी बार च आके खड़ जांदी है, पता नहीं इनू की मिलदा बिड़का लेके। लै इनू मिलना की सी पुत, इनू ऐ नहीं हैगा वी आपदा कम करा, मैं कोई जमीन बेचे कोई खरीदे ਆਪਾਂ ਤਾਂ ਕੀ ਕਰਾਊਗੀ ਇਹ। ਲੈ ਦੱਸ ਇਹਨੂੰ ਮਿੜਕਾ ਲੈ ਕੇ ਕੀ ਮਿਲੂਗਾ? ਰੋਜ਼ ਆਪਣੀਆਂ ਗੱਲਾਂ ਸੁਣਦੀ ਇਹਦੇ ਤਾਂ ਗੋਲੇ ਬਣ ਜਾਂਦੇ ਢਿੱਡ 'ਚ ਬਾਹਰ ਨਿਕਲ ਆਉਂਦੇ ਉਹਦੀ। ਇਹੀ ਗੱਲ ਹੈ ਬੇਬੇ, ਮੈਂ ਤਾਂ ਬੇਬੇ ਇਹਨੂੰ ਕਹੂੰਗੀ ਜੇ ਕੋਠੇ ਤੇ ਚੜੀ ਦੇਖ ਲਈ ਨਾ ਫਿਰ ਦੇਖ ਲੈ। ਨਾ ਨਾ ਰਹਿਣ ਦੇ ਸੁਖਪਾਲ, ਹੁਣ ਉਹ ਆਪਦੇ ਕੋਠੇ ਤੇ ਚੜਦੀ ਹੈ, ਹੁਣ ਉਹਦੇ ਕੋਠੇ ਤੇ ਤਾਂ ਨਹੀਂ ਆਪਾਂ ਰੋਕ ਸਕਦੇ। ਅਗਲੀ ਕਹੂਗੀ ਸਾਡੇ ਕੋਠੇ ਤੇ ਕਿਉਂ ਰੋਕਦੇ? ਰੋਕ ਤਾਂ ਨਹੀਂ ਸਕਦੇ ਬੇਬੇ, ਸੌ ਪੜਦੇ ਦੀ ਗੱਲ ਕਰਦੇ ਆ, ਐਂ ਥੋੜੀ ਆ ਵੀ ਇਹ ਰੋਜ਼ ਕੋਠੇ ਤੇ ਬਹਿ ਜਾ ਆਪਣੀਆਂ ਗੱਲਾਂ ਸੁਣੀ ਜਾਵੇ। ਉਹ ਤਾਂ ਤੇਰੀ ਗੱਲ ਠੀਕ ਹੈ ਪੁੱਤ, ਜਦੋਂ ਇਹ ਕੋਠੇ ਤੇ ਚੜੀ ਹੁੰਦੀ ਹੈ ਆਪਾਂ ਹੌਲੀ ਗੱਲ ਕਰ ਲਿਆ ਕਰੋ, ਉੱਚੀ ਬੋਲ ਕੇ ਨਾ ਗੱਲ ਕਰਿਆ ਕਰੋ। ਲੈ ਬੇਬੇ ਵੀ ਕੋਈ ਗੱਲ ਹੋਈ, ਇਹ ਤਾਂ ਗੁਲਾਮੀ ਵਾਲੀ ਗੱਲ ਹੋ ਗਈ, ਆਪਦੇ ਘਰ 'ਚ ਵੀ ਹੁਣ ਗੁਲਾਮਾਂ ਵਾਂਗੂ ਰਹਿਣਾ ਪਊਗਾ। ਪੁੱਤ ਹੁਣ ਕਰੀਏ ਵੀ ਕੀ, ਇਹਦੀ ਆਦਤ ਹੀ ਗੰਦੀ ਹੈ। ਆ ਗੇਜੋ ਦੀ ਗੱਲ ਸੁਣ ਲੈ, ਦੁਕਾਨ ਤੇ ਜੰਤੀ ਲੰਘੀ, ਇੱਥੇ ਬੈਠੀਆਂ ਤੇ ਅਸੀਂ ਦੋਨੇ ਸੱਸ ਨੂੰ, ਹਾਂ ਸਾਡੇ ਕੋਲ ਆ ਗਈ, ਕਹਿੰਦੀ ਲੈ ਲਈ ਤੁਸੀਂ ਜ਼ਮੀਨ। ਅੱਛਾ, ਇਹਨੂੰ ਕਿਹਨੇ ਦੱਸਤਾ? ਦੱਸਣਾ ਕਿਹਨੇ ਤੀ, ਰੋਜ਼ ਤਾਂ ਇਹ ਕੋਠੇ ਚੜ੍ਹਦੀ ਹੈ ਚਿੜੀਆਂ ਨੂੰ ਚੋਗਾ ਪਾਉਣ ਦੇ ਬਹਾਨੇ ਨਾਲ ਆਪਣੀਆਂ ਸੀਏਟੀਆਂ ਲੈਣ। ਜਦੋਂ ਆਪਾਂ ਉਹਦੇ ਗੱਲ ਕਰਦੇ ਤੇ ਵੀ ਜੱਗੀ ਕੇ ਵਾਲਾ ਕਿੱਲਾ ਲੈ ਲੈਂਦੇ ਆਪਾਂ, ਇਹਨੇ ਸੁਣ ਲਿਆ ਕੋਠੇ ਤੇ ਆ ਕੇ ਇੱਧਰ ਦੀ ਸੀਏਡੀ ਲੈਣ ਆ ਗਈ। ਜਿਹੜੇ ਮੈਂ ਸਾਨੂੰ ਕਹੀ ਜਾਂਦੀ ਤੀ ਵੀ 2 ਲੱਖ ਦੀ ਮਦਦ ਚੱਲ ਪਿੰਡ ਵਾਲੇ ਵੀ ਕਰ ਦੇਣਗੇ, ਕੁਛ ਭੂਆ ਕਰ ਦੂਗੀ, ਉਹੀ ਗੱਲ ਆ ਕੇ ਸਾਨੂੰ ਕਹਿਤੀ, ਕਹਿੰਦੀ ਕੁਛ ਤਾਂ ਤੇਰੇ ਪਿੰਡ ਆਏ ਦੇ ਦੇਣਗੇ 2 ਲੱਖ ਰੁਪਏ, ਤਾਂ ਕੁਛ ਤੇਰੀ ਭੂਆ ਕਰ ਦੂਗੀ ਮਦਦ, ਜਵਾਬ ਨਹੀਂ ਦਿੰਦੀ ਸਾਨੂੰ। ਲੈ ਕਮਾਲ ਹੈ ਯਾਰ, ਇਹ ਤਾਂ ਫਿਰ ਆਪਣੀਆਂ ਗੱਲਾਂ ਸੁਣਦੀ ਤੀ ਉੱਥੇ ਬੈਠੀ, ਹੋਰ ਬੈਠੀ ਤੀ ਉਦੇ, ਹੋਰ ਸਾਰੀਆਂ ਗੱਲਾਂ ਸੁਣਨੀਆਂ ਨੇ ਤਾਂ ਆਪਣੀਆਂ, ਫਿਰ ਹੋਰ ਆਪਣੀ ਤਾਂ ਕਦੇ ਨਿਗਾਹ ਨਹੀਂ ਬੱਝੀ। ਹਾਂ ਇਹ ਆਪਣੀਆਂ ਗੱਲਾਂ ਸੁਣਨ ਵਾਸਤੇ ਚੜ੍ਹਦੀ ਹੈ ਕੋਠੇ ਤੇ, ਚੋਗੇ ਆ ਤੈਨੂੰ ਬਹਾਨਾ ਹੈ, ਕਿਹੜੇ ਚੋਗੇ ਪਾਉਂਦੀ ਹੈ ਇਹ? ਮੈਂ ਤਾਂ ਐਂ ਹੈਰਾਨ ਹਾਂ ਇਹਦੇ 'ਤੇ ਯਾਰ, ਆਪਣੀਆਂ ਗੱਲਾਂ ਸੁਣ ਕੇ ਇਹਨੂੰ ਮਿਲਦਾ ਕੀ ਹੈ? ਮਿਲਣਾ ਕੀ ਹੈ, ਇਹਨੂੰ ਤਾਂ ਉਹਦੇ ਰੋਟੀ ਸਵਾਦ ਨਹੀਂ ਲੱਗਦੀ ਹੋਣੀ ਜਿਨ ਤੱਕ ਕਾਂਡ ਗਵਾਂਢ ਦੀਆਂ ਬਿੜਕਾਂ ਨਾਲ ਵੀ। ਚੱਲ ਕੋਈ ਨਾ ਯਾਰ, ਲੱਗ ਗਿਆ ਪਤਾ ਸਹੀ, ਆਪਣਾ ਬਿਆਨਾ ਹੋ ਗਿਆ, ਰਜਿਸਟਰੀ ਕਰਾ ਲਾਂਗੇ ਪੂਰੇ ਪੈਸੇ ਦੇ ਕੇ। ਹਾਂ ਉਹ ਤਾਂ ਹੋਜੂ, ਪਰ ਮੈਨੂੰ ਇਹ 'ਤੇ ਗੁੱਸਾ ਬਹੁਤ ਚੜਿਆ ਹੋਇਆ, ਕਿਵੇਂ ਇਹਨੇ ਆਪਣੀ ਇੱਕ ਗੱਲ ਸੁਣੀ, ਮੈਂ ਤੁਹਾਨੂੰ ਦੱਸਤਾ ਇਹਦੇ ਨਾਲ ਮੇਰਾ ਕਲੇਸ਼ ਵੱਜੂ। ਉਹ ਛੱਡ ਯਾਰ, ਤੂੰ ਕਲੇਸ਼ ਨਹੀਂ ਪਾਉਣਾ ਉਹਦੇ ਨਾਲ, ਅਗਲੀ ਕਹੂ ਮੈਂ ਆਪਦੇ ਕੋਠੇ ਤੇ ਚੜ੍ਹਦੀ ਹਾਂ। ਇਹੀ ਗੱਲ ਮੈਨੂੰ ਬੇਬੇ ਕਹਿੰਦੀ ਹੈ, ਚਾਹੇ ਉਹ ਆਪਦੇ ਕੋਠੇ ਚੜ੍ਹਦੀ ਹੈ, ਪਰ ਉਹਦਾ ਮਤਲਬ ਕੀ ਹੋਇਆ ਆਪਣੀਆਂ ਗੱਲਾਂ ਸੁਣਨ ਦਾ? ਨਾਲੇ ਉਹ ਕਹੂਗੀ ਮੈਂ ਕਿਹੜਾ ਹੁਣ ਆਪਦੇ ਕੰਨ ਬੰਦ ਕਰ ਲਾਂ। ਚੱਲ ਛੱਡ ਯਾਰ, ਤੂੰ ਆਪਾਂ ਹੌਲੀ ਬੋਲ ਲਿਆ ਕਰਾਂਗੇ ਜਦੋਂ ਇਹ ਕੋਠੇ ਤੇ ਹੁੰਦੀ ਹੈ। ਲੈ ਦੱਸ ਤੁਸੀਂ ਬੇਬੇ ਵਾਲੀ ਗੱਲ ਕਰਤੀ, ਓਏ ਹੋਰ ਹੱਲ ਕੀ ਹੋ ਸਕਦਾ ਹੈ ਸੁਪਾਲ, ਕਲੇਸ਼ ਤਾਂ ਆਪਾਂ ਕਰਨਾ ਨਹੀਂ, ਆਂਢ ਗੁਆਂਢ 'ਚ ਐਵੇਂ ਜਲੂਸ ਨਿਕਲਦਾ। ਲੈ ਆਪਣੇ ਬਾਰੇ 'ਚ ਗੁਆਂਢੀਆਂ ਨੂੰ ਪਤਾ ਹੀ ਨਹੀਂ, ਅੱਜ ਤੱਕ ਆਪਾਂ ਕਿਸੇ ਗੁਆਂਢੀ ਨਾਲ ਕਲੇਸ਼ ਕਰੀ ਨਹੀਂ, ਇਹ ਤਾਂ ਹੁਣ ਮੁੱਲ ਲੜਾਈ ਭਾਲਦੀ ਹੈ ਕੋਠੇ ਚੜ੍ਹ ਚੜ੍ਹ ਕੇ। ਚੱਲ ਲੋੜ ਹੀ ਨਹੀਂ ਆਪਾਂ ਨੂੰ, ਚੱਲ ਤੂੰ ਚਾਹ ਬਣਾ ਕੇ ਲਿਆ, ਫਿਰ ਕੱਖ ਅੰਡਾ ਪਾਵਾਂਗੇ। ਲਿਆਉਣੀ ਆ ਆ ਕੱਪੜੇ ਵਧੀਆ ਨੇ ਪੁੱਤ ਤੇਰੇ, ਕਿਹਨੇ ਸਿਉਂਤੇ ਨੇ? ਮਨਦੀਪ ਨੇ ਸਿਉਂਤੇ ਨੇ ਬੇਬੇ ਵੀ। ਅੱਛਾ, ਰੰਗ ਵੀ ਸੋਹਣਾ ਪੁੱਤ, ਪਹਿਲਾਂ ਪਾਉਣੀਆਂ ਜਵਾਹਾਂ ਕਰਾਉਂਦੇ ਤੇ ਕਿ ਪੂਰੀਆਂ ਕਰਵਾ ਲੀਆਂ? ਚੱਲ ਵਧੀਆ ਪੂਰੀਆਂ। ਹਾਂ ਹਾਂ ਮੋਟਾ ਸੂਟ ਹੈ, ਚੱਲ ਜੇ ਪੂਰਨਾ ਉੱਠੇ ਤਾਂ ਕੱਪੜਾ ਵੀ। ਹਾਂ ਹਾਂ ਕੱਪੜਾ ਵੀ ਵਧੀਆ, ਦੇਖ ਲੈ ਬੇਬੇ ਉਹ ਚੜ ਗਈ ਆਪਣੀਆਂ ਗੱਲਾਂ ਸੁਣਨ ਦੀ ਮਾਰੀ, ਜਮੀ ਨਹੀਂ ਡਰਦੀ ਹੈਗੀ ਵੀ ਡਿੱਗ ਜੂ ਮੈਂ। ਚੱਲ ਕੋਈ ਨਹੀਂ ਪੁੱਤ, ਕਿੰਨਾ ਕੁ ਚਿਰ ਕੋਠੇ 'ਤੇ ਖੜੀ ਰਹੂ, ਆਪਾਂ ਹੌਲੀ ਗੱਲਾਂ ਕਰ ਲਓ, ਆਪਾਂ ਬੋਲੋ ਹੀ ਨਾ। ਉਹ ਦੇਖ ਲੈ ਬੇਬੇ ਗੇੜਾ ਦਿੰਦੀ ਹੈ, ਇੱਧਰ ਨੂੰ ਝੁੱਕ ਕੇ ਦੇਖ ਜਾਂਦੀ ਹੈ, ਗੇੜਾ ਦਿੰਦੀ ਹੈ ਝੁੱਕ ਕੇ ਦੇਖ ਜਾਂਦੀ ਹੈ, ਕਈ ਦਾਣੇ ਪਾਉਣ ਲੱਗ ਜਾਂਦੀ ਹੈ, ਦੇਖ ਲੈ ਦਿਮਾਗ ਖਰਾਬ ਕਰਿਆ ਪਿਆ ਬੇਬੇ। ਚੱਲ ਕੋਈ ਨਹੀਂ ਪੁੱਤ, ਫਿਰਦੀ ਰਹਿਣ ਦੇ, ਆਪਾਂ ਆਪਦੇ ਕੰਮ ਕਰ ਲੈਂਦੇ। ਚੱਲ ਬੇਬੇ ਮੈਂ ਵੀ ਰਸੋਈ ਸਾਫ਼ ਕਰਦੀ। ਹਾਂ ਕਿੰਨਾ ਕੁ ਚਿਰ ਬੈਠੋਗੀ? ਮੈਂ ਵੀ ਉੱਠ ਕੇ ਚੁੱਲ੍ਹੇ ਕੰਨੀ ਦੇਖਦੀ ਹਾਂ, ਦਾਲ ਦੂਲ ਦੇਖ ਲੈਂਦੀ ਹਾਂ। ਨਹੀਂ ਆ ਕਿੱਧਰੋਂ ਆ ਗਈ, ਕੀ ਹਾਲ ਹੈ ਸੁਖਪਾਲ? ਠੀਕ ਹੈ ਚਾਚੀ, ਵਧੀਆ, ਸਤਿ ਸ਼੍ਰੀ ਅਕਾਲ ਚਾਚੀ। ਸਤਿ ਸ਼੍ਰੀ ਅਕਾਲ, ਬਹਿ ਜਾਓ। ਹੋਰ ਸੁਣਾ ਭਾਈ? ਵਧੀਆ ਠੀਕ ਠਾਕ। ਹੋਰ ਸੁਣਾ ਕੀ ਬਣੀ ਜਾਂਦਾ? ਬਸ ਚਾਚੀ ਕੁਛ ਨਹੀਂ ਬਣਦਾ, ਤੂੰ ਸੁਣਾ ਕੋਈ ਨਵੀਂ ਤਾਜ਼ੀ? ਬਸ ਨਵੀਂ ਤਾਜ਼ੀ ਤਾਂ ਕੋਈ ਨਹੀਂ ਹੈਗੀ, ਵਗ ਗਿਆ ਕੱਲ੍ਹ ਤੇਰੇ ਭਾਈ ਆਇਆ ਤੀ ਮੈਨੂੰ ਲੱਗਦਾ। ਵਗ ਗਿਆ ਚਾਚੀ, ਉਹ ਤਾਂ ਕੱਲ੍ਹੀ ਵਗ ਗਿਆ, ਮੈਨੂੰ ਲੱਗਦਾ ਤਾਂ ਕੋਠੇ ਦੇਖਿਆ ਹੁਣ। ਚੜੀ ਸੀ ਕੱਲ੍ਹ ਮੈਂ ਕੋਠੇ ਤੇ ਚੋਗਾ ਜਿਹਾ ਪਾਉਣ ਚਿੜੀਆਂ ਨੂੰ, ਤੇਰੇ ਤੇ ਜੱਸੇ ਕੋਲੇ ਬੈਠਾ ਸੀ, ਮੈਨੂੰ ਲੱਗਦਾ ਪੈਸੇ ਪੂਸੇ ਦੇਣ ਆਇਆ ਹੋਊਗਾ। ਹੈ ਨਾ ਚਾਚੀ, ਪੈਸੇ ਦੇਣ ਤਾਂ ਕਾਹਨੂੰ, ਉਹ ਤਾਂ ਕੋਈ ਹੋਰ ਕੰਮ ਆਇਆ ਸੀ। ਅੱਛਾ ਅੱਛਾ, ਮੈਂ ਆਖਿਆ ਕਿਤੇ ਪੈਸੇ ਦੇਣ ਆਇਆ, ਜੱਸੇ ਨੂੰ ਕਹੀ ਜਾਂਦਾ ਸੀ ਨਾ ਵੀ ਬਾਈ ਭਾਵਾਂ ਜੀ ਸਾਲ ਤੋਂ ਮੋੜ ਦਿਓ, ਮੈਂ ਕਿਤੇ ਪੈਸੇ ਦੂ ਹੀ ਗੱਲ ਕਰਦਾ। ਚਾਚੀ ਮੈਂ ਤੈਨੂੰ ਇੱਕ ਗੱਲ ਕਹਾਂ, ਗੁੱਸਾ ਤਾਂ ਨਹੀਂ ਕਰਦੀ? ਨਾ ਗੁੱਸਾ ਕਾਹਦਾ, ਕਹੇ ਗੱਲ। ਜੇ ਤੂੰ ਚਾਚੀ ਚਿੜੀਆਂ ਨੂੰ ਚੋਗਾ ਪਾਉਣੇ ਵੀ ਹੈ ਕੋਠੇ ਤੇ,
ਤਾਂ ਸਾਡੇ ਘਰ ਦੀਆਂ ਗੱਲਾਂ ਕਰਨ ਧਿਆਨ ਨਾ ਰੱਖਿਆ ਕਰ, ਭੈੜਾ ਲੱਗਦਾ। ਕਮਾਲ ਹੋ ਗਈ ਸੁਖਪਾਲ, ਮੈਂ ਅੱਖਾਂ ਬੰਦ ਕਰ ਲਾਂ ਕਿ ਕੰਨ ਬੰਦ ਕਰ ਲਾਂ? ਉਹ ਗੱਲਾਂ ਕਰੀ ਜਾਂਦਾ ਤੀ, ਮੈਨੂੰ ਸੁਣ ਗਿਆ, ਇਹ ਚ ਕੀ ਗੱਲ ਹੋ ਗਈ ਭਲਾ? ਗੱਲ ਤਾਂ ਕੀ ਹੋਣੀ ਹੈ ਚਾਚੀ, ਐਵੇਂ ਕਿਸੇ ਦੇ ਘਰ ਦੀਆਂ ਗੱਲਾਂ 'ਚ ਧਿਆਨ ਰੱਖਣਾ ਚੰਗਾ ਨਹੀਂ ਹੁੰਦਾ। ਮੈਂ ਤੈਨੂੰ ਬਹੁਤ ਵਾਰ ਦੇਖਿਆ ਚਾਚੀ, ਤੂੰ ਸਾਡੇ ਵਾਲੇ ਪਾਸੇ ਨੂੰ ਆ ਕੇ ਨਾ ਸਾਡੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਹੀ ਕਰਦੀ ਹੁੰਦੀ ਹੈ। ਕਮਾਲ ਹੋ ਗਈ ਸੁਖਪਾਲ, ਮੈਂ ਆਪਦੇ ਕੋਠੇ 'ਤੇ ਜਿੱਧਰ ਮਰਜ਼ੀ ਜਾਵਾਂ, ਨਾਲੇ ਜਿੱਥੇ ਚਿੜੀਆਂ ਬੈਠਣੀਆਂ ਮੈਂ ਉੱਧਰ ਨੂੰ ਜਾਊਂ, ਮੈਨੂੰ ਕੀ ਲੋੜ ਹੈ ਤੁਹਾਡੀਆਂ ਗੱਲਾਂ ਸੁਣਨ ਦੀ? ਲੈ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ, ਮੇਰੀ ਘਰੇ ਆਈ ਦੀ ਬੇਇੱਜ਼ਤੀ ਕਰਨ ਲੱਗ ਗਈ। ਨਾ ਨਾ ਚਾਚੀ, ਇਹ ਬੇਇੱਜ਼ਤੀ ਵਾਲੀ ਗੱਲ ਨਹੀਂ ਹੈਗੀ। ਐਵੇਂ ਚਾਚੀ ਸਾਡੇ ਵਾਲੇ ਪਾਸੇ ਆ ਕੇ ਗੱਲਾਂ ਜਾਂ ਸੁਣਨ ਦੀ ਕੋਸ਼ਿਸ਼ ਨਾ ਕਰਿਆ ਕਰ, ਫਿਰ ਆਪਣੇ ਵੱਧ ਘੱਟ ਬੋਲਿਆ ਜਾਊਗਾ, ਫਿਰ ਅਗਲਾ ਲੜਦਾ ਹੀ ਪੜਾ ਲੱਗਦਾ ਕਮੰਡ ਮੱਥੇ। ਮੈਨੂੰ ਕੋਈ ਨਹੀਂ ਰੋਕ ਸਕਦਾ, ਨਾ ਤੂੰ ਮੈਨੂੰ ਧਮਕੀ ਜੀ ਦਿੰਦੀ ਹੈ, ਮੇਰਾ ਕੋਠਾ ਮੈਂ ਜਿਵੇਂ ਮਰਜ਼ੀ ਫਿਰਾਂ। ਕੋਈ ਗੱਲ ਨੀ, ਫਿਰ ਸਾਡੇ ਕਨੀ ਨੂੰ ਤੂੰ ਹੁਣ ਆਈ, ਹੁਣ ਝੁੱਕ ਕੇ ਦੇਖੀ ਨੀ ਕੀ ਹੋ ਗਿਆ? ਆ ਦੇਖ ਲੈ ਭੈਣੇ, ਮੈਨੂੰ ਘਰੇ ਆਈ ਨੂੰ ਚੰਗੀ ਖੰਡ ਪਾਈ ਜਾਂਦੀ ਹੈ ਤੇਰੀ ਨੂੰ। ਕੀ ਹੋ ਗਿਆ? ਹੋਣਾ ਕੀ ਹੈ ਬੇਬੇ, ਉਹੀ ਗੱਲ ਹੈ, ਤੈਨੂੰ ਪਤਾ ਤਾਂ ਹੈਗਾ। ਹੁਣ ਇਹ ਬਹਾਨੇ ਨਾਲ ਆਈ ਹੈ ਪੁੱਛਣ ਵੀ ਤੇਰਾ ਭਾਈ ਵੱਗ ਗਿਆ ਪੈਸੇ ਦੇਣ ਆਇਆ ਤੀ, ਫਲਾਣਾ ਧਿੰਕਾ। ਕੋਠੇ ਤੇ ਚੜ ਕੇ ਪਹਿਲਾਂ ਤਾਂ ਆਪਣੀ ਜਸੂਸੀਆਂ ਕਰਦੀ ਹੈ, ਫੇਰ ਥੱਲੇ ਦੀ ਭੇਤ ਰਹਿਣਾ ਵੜਦੀ ਹੈ। ਤੂੰ ਮੂੰਹ ਸਵਾਲ ਕੇ ਬਹੁਤ ਸੁਖਪਾਲ, ਜਸੂਸੀਆਂ ਮੈਂ ਕੀ ਕਰਦੀਆਂ? ਦਸੂਸੀਆਂ ਕਰਨ ਦੀ ਆਦਤ ਤੈਨੂੰ ਹੋਊਗੀ, ਮੈਨੂੰ ਕੀ ਲੋੜ ਹੈ? ਮੈਨੂੰ ਚੜ੍ਹਨ ਤੋਂ ਕੌਣ ਰੋਕ ਦੂ? ਮੇਰਾ ਆਪਦਾ ਕੋਠਾ। ਚੱਲ ਤੂੰ ਚੁੱਪ ਕਰ ਸੁਖਪਾਲ, ਸਾਨੂੰ ਤਾਂ ਕੋਈ ਆਦਤ ਨਹੀਂ ਕਿਸੇ ਦੀ ਜਸੂਸੀ ਕਰਨ ਦੀ, ਤੇਰੀ ਉਹ ਆਦਤ ਹੈ। ਮਾੜਾ ਜਾਂ ਕਿਸੇ ਦਾ ਗਲੀ 'ਚ ਮੋਟਰਸਾਈਕਲ ਸਕੂਟਰ ਖੜਕ ਜੇ, ਠੂ ਵਾਰ 'ਚ, ਠੂ ਵਾਰ 'ਚ। ਜਾ ਨਹੀਂ ਜਾ, ਮੇਰਾ ਕੋਠਾ ਮੇਰਾ ਬਾਰ, ਮੈਨੂੰ ਕੌਣ ਰੋਕ ਦੂ? ਬਣੀ ਕੀ ਫਿਰਦੀ ਆ ਤੂੰ? ਚੱਲ ਤੂੰ ਚੁੱਪ ਕਰ ਭੈਣੇ, ਚੁੱਪ ਕਰ ਸੁਖਪਾਲ। ਮੇਰੀ ਘਰੇ ਆਈ ਦੀ ਬੇਇੱਜ਼ਤੀ ਕਰੀ ਹੈ ਨਾ ਇਹਨੇ, ਮੈਂ ਤੁਹਾਡੇ ਬਾਹਰ 'ਚ ਪੈਰ ਨਹੀਂ ਧਰਦੀ। ਕਹਿੰਦਾ ਕੌਣ ਤੈਨੂੰ ਧਰ? ਨਾ ਧਰ, ਨਾ ਅਸੀਂ ਕਿਤੇ ਨੂੰ ਚਿੱਠੀ ਪਾਉਂਦੇ ਹਾਂ ਵੀ ਆ ਜਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਨਹੀਂ, ਕੋਈ ਨਹੀਂ। ਕੋਈ ਗੱਲ ਨੀ ਬੇਬੇ, ਜਿਹੜਾ ਕੁਛ ਹੋਣਾ ਤੇ ਹੋ ਗਿਆ, ਆਪਾਂ ਕੀ ਲੈਣਾ? ਤੂੰ ਲੈਣਾ ਤਾਂ ਕੁਛ ਨਹੀਂ ਪੁੱਤ, ਗੁਆਂਢ 'ਚ ਕਲੇਸ਼ ਮਾੜਾ ਹੁੰਦਾ ਹੈ। ਕੋਈ ਗੱਲ ਨਹੀਂ, ਫਿਰ ਇਹਨੂੰ ਪਤਾ ਵੀ ਲੱਗਣਾ ਚਾਹੀਦਾ ਤੀ। ਅੱਛਾ, ਬਾਬਾ ਬੋਲ ਕੇ ਗਈ ਹੈ? ਹੋਰ ਲੈ ਦੱਸ, ਵੀ ਤੂੰ ਦੱਸ ਕੀ ਲੈਣਾ? ਸਾਡੇ ਘਰੇ ਕੋਈ ਰਿਸ਼ਤੇਦਾਰ ਆਵੇ ਜਾਵੇ, ਹੁਣ ਤੈਨੂੰ ਅਸੀਂ ਐਂ ਦੱਸਿਆ ਕਰਾਂਗੇ ਵੀ ਕੀ ਕੰਮ ਆਇਆ ਸੀ? ਹੋਰ ਐਂ ਤਾਂ ਹੈਗਾ, ਕਹੀਂ ਤੇਰਾ ਭਾਈ ਆਇਆ ਤੀ ਆਖੇ ਪੈਸੇ ਦੇਣ ਆਇਆ ਹੋਣਾ। ਮੈਂ ਉਹਨੂੰ ਮੋੜ ਕੇ ਵੀ ਕਿਹਾ ਵੀ ਨਾ, ਉਹ ਤਾਂ ਹੋਰ ਕੰਮ ਆਇਆ ਤੀ। ਨਾ ਕਹਿੰਦੀ ਜੱਸੇ ਨੂੰ ਕਹੀ ਤਾਂ ਜਾਂਦਾ ਤੀ ਵੀ ਸਾਲ ਠਹਿਰ ਕੇ ਦੇ ਦਿਓ, ਇਹਨੇ ਆਪਣੀਆਂ ਸਾਰੀਆਂ ਗੱਲਾਂ ਸੁਣੀਆਂ ਨੇ। ਕਾਹਦਾ ਯਾਰ, ਮੈਨੂੰ ਤਾਂ ਇਹਦੀ ਨਹੀਂ ਸਮਝ ਆਉਂਦੀ, ਕੀ ਕਹਿੰਦੀ? ਮੈਂ ਤੱਕ ਚੜੂੰਗੀ ਕੋਠੇ 'ਤੇ ਆਈ। ਹੋਰ ਉਹ ਤਾਂ ਪੂਰਾ ਬੋਲ ਕੇ ਗਈ ਹੈ, ਕਹਿੰਦੀ ਮੇਰਾ ਕੋਠਾ ਹੈ, ਮੈਂ ਤਾਂ ਐਵੇਂ ਜਿਵੇਂ ਚੜੂੰਗੀ ਕੋਠੇ 'ਤੇ, ਮੈਨੂੰ ਕੋਈ ਰੋਕ ਕੇ ਦਿਖਾਵੇ ਕਹਿੰਦੀ। ਬੜਾ ਯਾਰ, ਗੁਆਂਢ 'ਚ ਕਲੇਸ਼ ਵੀ ਮਾੜਾ ਹੁੰਦਾ। ਹੋਰ ਇਹੀ ਤਾਂ ਗੱਲ ਹੈ ਪੁੱਤ, ਅਸੀਂ ਤਾਂ ਮੈਂ ਡਰਦੀ ਹਾਂ। ਬੇਬੇ ਆਪਾਂ ਨੇ ਥੋੜ੍ਹੀ ਪਿੱਟ ਲਾਇਆ ਪਹਿਲਾਂ ਕਲੇਸ਼ ਦਾ, ਸ਼ੁਰੂ ਤਾਂ ਉਸੇ ਨਹੀਂ ਕਰੇ। ਆਓ ਦੇਖ ਲੈ ਬੇਬੇ, ਹੁਣ ਫੇਰ ਆਓ ਆਓ ਆਓ, ਆ ਜਾਓ ਆ ਜਾਓ ਆ ਜਾਓ ਆ ਜਾਓ, ਠੀਕ ਹੈ ਠੀਕ ਹੈ। ਆਓ ਆਓ ਆਓ, ਆ ਜਾਓ ਆ ਜਾਓ, ਖਾ ਲਓ ਖਾ ਲਓ, ਆ ਜਾਓ। ਚੱਲ ਕੋਈ ਗੱਲ ਨਹੀਂ ਸੁਖਪਾਲ, ਤੂੰ ਨਾ ਬੋਲੀ ਕੁਛ। ਚੱਲ ਕੋਈ ਗੱਲ ਨਹੀਂ ਪੁੱਤ, ਤੂੰ ਨਾ ਬੋਲੀ, ਤੂੰ ਨਾ ਬੋਲੀ ਸੁਖਪਾਲ। ਹੁਣ ਬੇਬੇ ਇਹਨੂੰ ਰੋਕਣਾ ਤਾਂ ਪਊਗਾ, ਇਹ ਤਾਂ ਅੜੀ ਦੀ ਮਾਰੀ ਕੋਠੇ ਚੜ ਗਈ ਜਾਣ ਕੇ। ਆਓ ਆਓ ਆਓ, ਆ ਜਾਓ ਆ ਜਾਓ ਆ ਜਾਓ। ਚੱਲ ਕੋਈ ਨਾ, ਚੜੀ ਰਹਿਣ ਦੇ। ਹਾਂ ਕੋਈ ਨਾ, ਆਪੀ ਭੌਂਕ ਕੇ ਉਤਰ ਜੂਗੀ, ਤੁਸੀਂ ਆਪਦੇ ਕੰਮ ਧੰਦੇ ਲੱਗ ਜਾਓ ਪੁੱਤ, ਚੜੀ ਰਹਿਣ ਦੇ। ਮੈਂ ਤਾਂ ਬਾਗਲ 'ਚ ਗੇੜਾ ਮਾਰ ਕੇ ਆਉਂਦਾ। ਜੈ ਸੁਖਪਾਲ, ਤੂੰ ਆਪਦੇ ਕੱਪੜੇ ਸਿਉਂ ਲੈ ਪੁੱਤ, ਮਸ਼ੀਨ ਧਰ ਲੈ। ਸਿਉਣੀ ਹੈ ਬੇਬੇ, ਮੈਂ ਤੂੰ ਪਹਿਲੇ ਹੋਣੀ ਮਸ਼ੀਨ ਕੱਢ ਕੇ, ਮੈਨੂੰ ਕਿਹੜਾ ਡਰ ਮਾਰ ਗਿਆ? ਨਾ ਮੈਂ ਤਾਂ ਲੁਕ ਲੁਕ ਕੇ ਕਿਉਂ ਬੈਠਾ ਅੰਦਰ। ਚੱਲ ਪੁੱਤ ਕੋਈ ਨਾ, ਬਹਿ ਤਾਂ ਚਾਹੇ ਬਾਹਰ ਜਾ, ਪਰ ਬੋਲੀ ਨਾ ਪੁੱਤ। ਮੈਂ ਤਾਂ ਇਹ ਕਹਿੰਦੀ ਬੇਬੇ, ਧੁੱਪ ਤਾਂ ਨਹੀਂ ਹੈਗੀ ਡੰਗਰਾਂ ਨੂੰ? ਨਾ ਨਾ, ਕੋਈ ਧੁੱਪ ਨਹੀਂ, ਉਦੋਂ ਤਾਂ ਤੁਸੀਂ ਮੁੜ ਆਓਗੇ। ਹਾਂ ਮੁੜ ਤਾਂ ਆਵਾਂਗੇ ਫਿਰ। ਹਾਂ ਉਦੋਂ ਤਾਂ ਮੁੜ ਆਓਗੇ ਤੁਸੀਂ, ਘੰਟਾ ਡੇਢ ਘੰਟਾ ਹੀ ਲੱਗੂਗਾ। ਤਿਆਰ ਹੈ ਸੁਪਾਲ? ਹਾਂ ਹਾਂ ਤਿਆਰ। ਆ ਜਾ ਫਿਰ, ਚੱਲ ਪੁੱਛ ਲੈ ਬੇਬੇ ਨੂੰ, ਤਾਂ ਲਿਆਉਣਾ ਕੁਛ ਹੋਰ ਕੋਈ? ਹਾਂ ਬੇਬੇ, ਹੋਰ ਸਮਾਨ ਤਾਂ ਲਿਆਉਣਾ ਕੋਈ? ਨਾ ਪੁੱਤ, ਮੈਂ ਤਾਂ ਕੁਛ ਨਹੀਂ ਮੰਗਾਉਣਾ, ਜਾ ਆਓ ਤੁਸੀਂ। ਉਹ ਦੇਖ ਲੈ, ਉਹ ਚੜ ਗਈ ਫਿਰ, ਇਹ ਤਾਂ ਜਮੀ ਵਿਨਵਾਸੀ 'ਤੇ ਉਤਰੇ ਹੀ।
मेरे तो नहीं बर्दाश्त होंगी हूँ, जो कोई हीला करना है कर दो, नहीं तो लड़ाई पेगी। ना तू इन्हें मुंडे क्यों नहीं कहता विंदर भी हटा भाई आपकी मां ना लड़ाई मुल ली है। कोई ना मैं करूंगा उसने गल, लोड़ ही नहीं सुभा तेन इधर ध्यान देने की। लोड़ तो नहीं ही मतलब निगाह पै जी उधर आके जल सिर ते खड़ जाती है। कोई ना मैं करूंगा गल भिंदर आओ देख ले बेबे हूँ इधर हो गई। चल कोई गल नहीं आप ही भौंके उतर जू पता। गल तो क्यों नहीं बेबे, कल कोई यह जहाँ रिश्तेदार आ जाए अगला देख के की कहूगा भी आ की माहौल है। फिर की करिए पुत आप किन्ने बारी तो झिड़कती, ये तो नकटी हो रही है रोज ही चढ़ जाती हटती नहीं। अहें भेड़ा बहुत लगता है। भेड़ा तो लगता ही है पुत, ये तो जान बुझ के पंगे लेनी यह गल थोड़ी होंगी यार रोज चढ़न की। कोई गल नहीं मैं करूंगा भिंदर ना गल भी आपकी माँ समझा पाई। हाँ भिंदर कह के देख ला ओनू कही पुत भी गुआंड च भाई कलेस माड़ा होंगे भी तेरी माँ हटा ले तेरी माँ का यह कम माड़ा है रोज। हाँ मिलने दे मैनू, मैं चल घरे कहू जाने का मिल जूगा एक अद्धे दिन च। ले दस कोई चिड़ी दी है उथे ऊँ जान बुझ के बस। चिड़ी केड़ी है पता ही है मैनू सारा। चल आप तो मानसा जाने तो भी लेट हो जाने। मोटरसाइकिल कढ लीए। हाँ कढ लो पानी की घुट पी मैं भी। भिंदर बैठा ये गल कर ही ना अज होर भिंदर वधिया जसे तू दस। ठीक है वधिया है। मैं तो तेरे ना एक गल करनी थी यार। हाँ दस भाई। यार गुस्सा तो नहीं करता तू, मैं तो चाची बारे कहना तेन किमें जो तो चाची यार कोठे ते चढ़ती है चिड़िया जोगा पाना वो बारी बारी साढ़े कड़ी आ जाती है। वह मैं पता यार सारी गल का, बेबे ने सारी गल दसती मैं भरजाई ने घर गई थी बेइज्जती करती है कि तू कोठे साड़िया गल्ला सुन भी मारी चढ़ती है। मेरी गल सुन लै जसे बेबे ने शुरू तो ही पांच छह रन लगाया है ता करके कोठे चढ़ती है कोठे से चिड़िया कटारा आ जाए ने यहोजी कोई गल नहीं सोडिया गल्ला सुन के की लैना ये तो जमी नजायज़ गल थोड़ी यार। वो नजायज़ गल नहीं भिंदरा मैं तो तेन माण नाल कहता थी यार देख आंढ़ गुआंढ च कलेस माड़ा होंगे देख आपने सारी उम्र कट्ठे रहना चाची चोगा पाँदी है कोई गल नहीं वधिया गल है असी नहीं कहते माड़ी गल है वह पर वो तो साड़िया गल्ला सुनती है यार। लै हूँ बंदा यार आपके कन्न बंद कर ले तुम हौली कर लिया करो गल एडा चक्रा सुनू। चल कोई गल नहीं यार तेरे नाल गल करन दा फायदा नहीं हैगा जे तू कलेस दे हक च है तो कोई गल नहीं। ना ना मैं कलेस दे हक च नहीं हैगा जसे भाई पर यह गल थोड़ी माड़ी है अगला आपके कोठे से चढ़दा यार किसी नूं की तराज। चल कोई ना कमाल हो गई यार इन्हां दी इह तां जमी धक्के ते आ गए। उन्हें तो भी आपकी माँ का पक्ष लिया पूरा कहना भी अगला आपके कोठे से चढ़ता है तुम किमें रोक लोगे। हाँ तो लैनी थी फिर माँ की पक्ष लेना तीन तो आपकी का। हाँ कहना मेरी माँ तो पंछियों वाला लगा है ता दाने पाँदी है तो उन्होंने ऐ कहना थी तेरी माँ पंछियों लगा नहीं है जसूसी लगा है तेरी माँ तो। कमाल हो गई मैंने तो ऐ थी मुंडा सियाना होगा गल समझ लूगा। ना ना कोई गल नहीं समझी उन्हें तो मेरी वो तो गल समय पुठी ले जाए पुठी ले जाए हूँ तो माँ का पक्ष लिया पूरा। देख ला हद हो गई हूँ तो। चल कोई गल नहीं फिर चलन दे जिम्मे कम चलता है। कोई गल नहीं सुखपाल अपना कलेस नहीं करना पुत। आहो जिदे बुढ़ी डिगपी कोठे तो आप ही हट जू। हाँ जी टुट गया ठूकना आप ही हट जूगी। मैं तो कहनी अपनी कोई डिगे बेबे टिड्डी उच्ची कंध है गेड़ा खाजे इधर ही मैं कहनी बथेरा डिग पूगे कहते अपने कहनी झाक दी गाही लंघ जूगा पैर। की गल सुपाल आए मुझे बनाया की दसा अज अपने घर मेरी सहेली आई थी जी मास्टर ने लगी हुई अपने पिंड अंजू मैडम। हाँ असं तो दोनों जनिया गल् करी जाती तीन ये तो जी चढ़ गई कोठे ते आके जमा सिखर उत्ते बह गई साढ़े अंजू भी झाके मैं कहती भैने बुढ़ी कौन है मैनू फिर सारी गल उन्होंने दसनी पेगी। मैं आख्या भैने इनू तो लोगों ने बिड़का लैन की आदत है मैं कहा इस करके ये सा बथेरा कुछ हो के हटे भला बेबे तो पुछ लो बेबे दस दे कुछ होया अज होना की सी पुत एदी अंजू सहेली आई थी अज ते ओ रहंदी है शहर च ओने एह जिहा माहौल कित्थे देखिया ओ तो बेचारी हैरान ही रहेगी देख के इनू। चलो उन्हूं तो लैके मैं अंदर बह गई एदू बाद मैनूं तां चढ़ गया भाई गुस्सा मेरे तो यह कुट खा लूगी नहीं इहदा कोई हल कर दो तुसीं।
मैं तो कहनी है तुम सरपंचनी को जाके आओ वो गल करो भाई सा कर दी है। चल आप दोनों बाग चलते हैं। चल कुछ तो कहूगी इन बाग चल दे। चल चल पुत जा आओ फिर समझा दो सारी गल जान का कोई डर नहीं है। हाँ देखा की कहती है। हाँ तुरकी बाग जाने के दूर है घर। हुकम करो बेटे किवें सरपंच साहब साडी गवांडन नहीं है गेजो। हां असि तां उत्तों वाले दुखी हां पुछो ना बस की गल ओ की कहंदी है थानू गल की होने दी सारा दिन कोठे ते चढ़दी है चोगा पाउण दे बहाने नाल साडियां गल्लां सुणन दी मारी कमाल दी गल है। हुण असि आपदे बेड़े च भी ना बैठीए। एक मिंट मैं समझाउनी हां सरपंच साहब पहलां तुसीं साडे सारे बेड़े चो पता लै लिओ भी इह गेजो है किही जी है सब दे विड़का लैंदी है। यही तो एड्डी गंदी आदत है ना जी मोटरसाइकिल का स्कूटर का खड़का गली दे विच होण नहीं दिंदी ठू वार च बस ये तो ए झाकती रहती है कौन किसे दे आया है कौन गए है बस बिड़का ही लैंदी रहती है। जे सोनू नहीं यकीन आता जी मेरा तुम आंढ गुआंढ च पुछ लो साडे किसी बुढ़ी तो पुछ लो किसी बंदे तो पुछ लो हुण बंदे ने आपदे घरे आजादी ना भी रहना हुंदा है सौ कोई रिश्तेदार आउंदा सौ पड़दे दी आपां गल्लां करदे आ ये ठू कोठे ते चढ़ जांदी उहदी बंदे नूं घुटन महसूस हुंदी है कि नहीं हुंदी पहलां तुसीं मैनूं ऐ दसो। हुंदी है बई हुंदी क्यों नहीं ये तो बहुत माड़ी गल है साढ़े ना हूँ दी नहीं जी बहुत चिर दी हो जाती है पहले तो यह कोठे चढ़ती पंछ चोगा पाने के बहाने साड़िया गल सुन फिर जी ये थलों की आ जाती बस यही गल अंदर होने लग जाती असी कहा भी इनू किने दसता इनू कितों पता लग गया असं तो गल करी नहीं किसी को फिर सानू पता लग गया जी यद स्पैशल भी साड़िया गल् सुनने वास्ते कोठे चढ़ती है कई दिन हो गए ये मेरी जदई भी हो गए हटी यही गल पिछे मैनू कहती सरपंच साहब मैं तो कोठे से चढ़ूंगी मेरा कोठा तुम कि हटा लोगे साडा तो सरपंच साहब इन्हें जाना दुबर कर पे तुम साढ़े ना केरा चलो साडा मौका देख के आओ सू आप ही पता लग जू सही कौन है गलत कौन है। कोई गल नहीं मैं चलती हाँ थोड़े नाल देखती हाँ मैं कोई गल नहीं मैं आऊंगी जरूर या फिर तुम ए करो मैनू दस दौ मैं ले जू कोई गल नहीं पुत तू चार बजे आ जी फिर उदो ले जी मैं आके आ जाऊंगा। होर सरपंच साहब औखे बहुत हाँ अज तक कोई पढ़ते की गल ही नहीं करन जोगे है एक दिन मेरा भाई आया थी सौ कबीलदारी का कम हों कोई दूजे दिन आके ये तो लागी उही गल कर कहीं तेरा भाई फलाने काम आया थी देख ले ए भी इन तो नाल दी नाल पता लग जाता कोई गल हो बेटा फिर हो रहंदी कोठे च ही है ना असि तो हैरान रह गए गल्लां सुन के कोई नहीं ये भी मसला हल हो जूगा कोई घबराओ ना तुसी हुण आए जी धुप मसा निकलदी अगे अंदर भी सारा दिन की बैठे रहिए बिंद झट धुप्पे बैठण नूं भी जी करदा है ना ये बिड़क रहे भी कदों ये चढ़ गई कदों उतर गई अं हूँ उधर ही झाकी जाइए सारा दिन नहीं भी पता लगता कई बार गलां चल भुल जाने बहुत माड़ी गल एक बेबे कले इस तू बाहर डरती हैगी कहें पुत तुम अंदर बह जाओ या कम लग जाओ हौली बोल पो अच्छा अं सारा दिन खुजली जाने गमांड की गल है पुत तेरी बेबे सियानी है गमांड च लड़ाई चंकी नहीं होंगी चंकी तो नहीं होंगी हूँ उन्होंने गेजे भी सोचना चाहिए माड़ा मोटा कोई ना बेटे तू मैनू आके ले जी ਇਹ ਗੱਲ ਦਾ ਮਸਲਾ ਕਰਾਂਗੇ ਹੱਲ ਠੀਕ ਹੈ ਜੀ ਤੁਸੀਂ ਜ਼ਰੂਰ ਹੱਲ ਕਰਿਓ ਸਾਡਾ ਚਾਰ ਵਜੇ ਹਾਂ ਚਾਰ ਕੁ ਵਜੇ ਆ ਜੀ ਪੁੱਤ ਮੈਂ ਚੱਲੂ ਤੇਰੇ ਨਾਲ ਜ਼ਰੂਰ ਕਰਾਂਗੇ ਮਸਲਾ ਹੱਲ ਲੜਦੇ ਹੀ ਭੇੜੇ ਲੱਗਦੇ ਆ ਜੀ ਗਵਾਂਢ ਮੱਥੇ ਤਾਂ ਹੋਰ ਚੰਗਾ ਨਹੀਂ ਲੱਗਦਾ ਪਤਾ ਨਹੀਂ ਕੀ ਆਦਤ ਹੈ ਉਹਨੂੰ ਆਪ ਤਾਂ ਨਹੀਂ ਆਉਂਦਾ ਹੈਗਾ ਉਹਨੂੰ ਵੀ ਸਾਰਾ ਦਿਨ ਲੱਤਾਂ ਨਹੀਂ ਦੁਖਦੀਆਂ ਉਹਦੀਆਂ ਪੌੜੀ ਚੜ੍ਹਦੀ ਉਤਰਦੀ ਦੀਆਂ ਉਹਨੂੰ ਨਾ ਆਦਤ ਬਣ ਗਈ ਕਈ ਵਾਰੀ ਬੰਦਾ ਆਦਤ ਤੋਂ ਮਜਬੂਰ ਹੋ ਜਾਂਦਾ ਹੈ ਹਾਂਜੀ ਬਸ ਉਹ ਇਸੇ ਕੰਮ ਤੇ ਲੱਗੀ ਹੋਈ ਹੈ ਵਿਹਲੀ ਹੈ ਘਰੇ ਜਵਾਬ ਕੰਮ ਵਾਲੇ ਨੇ ਨੂੰ ਤਾਂ ਕਹਿੰਦੀ ਉਹ ਮੇਰੇ ਤਾਂ ਗੋਡੇ ਦੁਖਦੇ ਨੇ ਕੋਠੇ ਤੇ ਚੜ੍ਹਨ ਬੜੀ ਦੁਖਦੇ ਨਹੀਂ ਇਹਦੇ ਬਸ ਫਿਰ ਉਹ ਆਦਤ ਤੋਂ ਮਜਬੂਰ ਹੈ ਨਾ ਮੈਂ ਤੁਹਾਨੂੰ ਦੱਸੀ ਜਾਂਦੀ ਹਾਂ ਕਈ ਬੰਦਿਆਂ ਨੂੰ ਆਦਤ ਪੈ ਜਾਂਦੀ ਹੈ ਹੁਣ ਉਹਦੀ ਚੁਗਲੀ ਤੱਕ ਧਿਆਨ ਹੈ ਹੋਰ ਕੰਮ ਨਹੀਂ ਨਾ ਕੋਈ ਚੁਗਲੀ ਤੱਕ ਹੈ ਮਤਲਬ ਉਹਦਾ ਕੋਈ ਗੱਲ ਨਹੀਂ ਇਹ ਵੀ ਮਸਲਾ ਹੱਲ ਹੋ ਜੂਗਾ ਚੰਗਾ ਜੀ ਫਿਰ ਮੈਂ 4 ਵਜੇ ਆਉਂ ਕੋਈ ਗੱਲ ਨਹੀਂ ਬੇਟਾ ਬੈਠੋ ਤੁਸੀਂ ਮੈਂ ਚਾਹ ਨੂੰ ਕਹਿੰਦੀ ਜਵਾਕਾਂ ਨੂੰ ਚਾਹ ਪੀ ਕੇ ਜਾਇਓ ਨਾ ਜੀ ਚਾਹ ਤਾਂ ਬਸ ਪੀ ਕੇ ਆਈ ਸੀਗੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਠੀਕ ਹੈ ਸਤਿ ਸ੍ਰੀ ਅਕਾਲ ਆ ਜਾਓ ਪੁੱਤ ਫਿਰ ਠੀਕ ਹੈ ਕੋਈ ਗੱਲ ਨਹੀਂ ਜੀ ਹਾਂ ਠੀਕ ਹੈ ਬੇਟਾ दस जवाकों जमे नहीं जान दें कि गंदी है सत श्रीकाल जी सत श्रीकाल
कमाल हो गई जमा सच्ची गल है आओ आ गई लो आओ सरपंच साहब पानी पी लो तुसी फिर करो गल ले देखो सरपंच साहब जमी उरा आ गई हुन देख लो नी की हाल है गेजो ठीक है सरपंच साहब नी तू इन्हां नू पंछियां नू चोगा ना बड़ा पाया कर इन्हां नू बिन झाटा समान च भी उड्डण दे दिया कर मैं समझी नहीं सरपंच साहब कोई ना मैं फेर कर दिया तेरे नाल गल पा ले तू चोगा ठीक है सरपंच साहब देख ले सरपंच साहब हुण तां आपदे अखी ये हाल हुंदा रोज भाई देख लिया बहुत माड़ी गल है इहदी दसो असि हुण कित्थे अंदर बैठे रहिए सारा दिन अंदर में नहीं पुत बैठा जांदा होर कोई गल करिए असि कोई गल करिए कन्नी ओदी पा लांदी है कोई ना मैं पुछदी हां उनू करदी हां उनू बेड़े च बैठण ही नहीं दंदी करदी हां गल मैं ओदे नाल हुण तां मैं जमा अखी देख लिया बहुत नजायज ओ जी उच्ची कर ली हुण कोठे नू की उच्चा करांगे ना भाई कोठा तां हुंदा नहीं उच्चा कोई ना करदी हां मैं गल ओदे नाल कोई ना तुसी घबराओ ना ठीक है जी ठीक जस्से पुत ओ गेले के ब्याह है अज भोग है छड़ के आ पुत बन के मेनू तुसे पंसा बैठो मैं चाह बना के रहनी है नहीं बेटे चाह नहीं हुन बना ले मैं कहा मैं गेले के जाना है ना भोग ते जाना है छड्याओ फिर हां मैं जाना है जरूरी है आ जा बेटे बे उरे अविंद्रा उरे हां जी बे अविंद्रा मैं तो तन्नो ऐ कहनी हां तेरी मां बारी बारी कोठे ते चढ़दी है माड़ी गल है तेरी मां दी की माड़ी गल है जी आपदा कोठा चढ़ूगी ओह तां कौन उठा दूगा उनू पहला एक दिन जस्सा गया सी मैनू ऊई लांबे देण दी आदत है जी उहनां दी तां लांबे नहीं पुत मैं मौका देख के आई हां मेरे हुंदे भी ओह कोठे ते चढ़दी ओह तां चढ़ूगी जी पंछियां नू दाणे पाउण चढ़दी ओह तां भाई इन्ने वारी तां नहीं दाणे हुंदे वी वारी वारी कोठे ते चढ़ के पंछियां नू ए दाणे पाउण चढ़दी है ओहदे नाल ही समझो जी मैनू नहीं पता हैगा मैनू लांबे देण लग जांदे ओ ले कर लो गल एदे नाल एडे खर दिमाग दा है मुंडा देख भी मसले बारे तो थोनू भी पता है मैनू भी पता है भी आपां इत्थे क्यों कट्ठे होए आ जां मैं थोनू क्यों सदे हाँ सरपंच साहब मसले दा तो पता ही है मैं थोनू पहला भी कहा सी आपदे कोठे ते अगला जदों मर्जी चढ़ सकदा है किसी नु की तरह मेरे ते गलत इल्जाम लाउंदे ने क्यों गलत इल्जाम क्यों लाउंदे आ जे कोई गल ना हुंदी सानू सरपंच साहब कोल आउण दी की लोड़ थी मेरी गल सुन लो सरपंच साहब असी आपदे कोठे जदों मर्जी चढ़ीए सानू कोई नहीं रोक सकदा हाँ फिर तू रहण दे पिंदरा ये छड़ दे गल तू मेरी गल सुन काका गलती थोड़ी हैगी है मैं सारा माहौल आपदे अखी देखे देख के जो ये तेरी गल बहुत माड़ी है एक अद्धी बारी होया ले चल पंछियां नू चोगा पाता तू जदों कोई इन्हां दे घरे आउंदा ओदी पंछियां नू चोगा पाउण जा चढ़दी है ए की गल होई मैं कड़ा उदों चढ़दी हां जदों इन्हां दे घरे कोई आउंदा मैं तां उदों चढ़दी हां जदों पंछी आउंदे ने तू रहण दे गेजो लड़ाई दा मूंह काला हुंदा तू जानबुझ के लड़ाई मुल ना ले तुसी सरपंच साहब इन्हां दी मैं हाथ कराउण लग गए
ਮੈਨੂੰ ਸਾਡੇ ਕੋਠੇ ਤੇ ਚੜਨੋਂ ਕੋਈ ਨਹੀਂ ਰੋਕ ਸਕਦਾ। ਤੂੰ ਫਿਰ ਅੱਗੇ ਜੋ ਮੇਰੀ ਇੱਜ਼ਤ ਰੱਖਣੀ ਨਹੀਂ। ਜੋ ਤੁਸੀਂ ਸਾਡਾ ਪੱਖ ਹੀ ਨਹੀਂ ਲੈਂਦੇ, ਤੁਹਾਡੀ ਇੱਜ਼ਤ ਕਿਉਂ ਕਰੀ ਅਸੀਂ? ਮਾੜੀ ਮੋਟੀ ਬੋਲਣ ਦੀ ਅਕਲ ਸਿੱਖ ਲੈ ਭਿੰਦਰਾ, ਪਿੰਡ ਦੇ ਸਰਪੰਚ ਨਾਲ ਐਂ ਗੱਲ ਕਰ ਰਿਹਾ ਤੂੰ? ਨਾ ਤੈਨੂੰ ਆ ਵਾਲੀ ਅਕਲ, ਸਾਡਾ ਕੋਠਾ ਸਾਨੂੰ ਚੜਨ ਤੋਂ ਕੋਈ ਨਹੀਂ ਰੋਕ ਸਕਦਾ। ਤੈਨੂੰ ਤਾਂ ਮੈਂ ਰੋਕ ਕੇ ਦਿਖਾਉਂ। ਆ ਜਾ ਆ ਜਾ ਹੁਣੇ ਰੋਕ ਰੋਕ ਹੁਣੀ। ਗੇਜੋ ਤੇਰੀ ਬਹੁਤ ਮਾੜੀ ਗੱਲ ਹੈ। ਤੂੰ ਲੈ ਲੈ ਸਰਪੰਚ ਦੀਆਂ ਪੱਖੇ ਇਹਨਾਂ ਦਾ, ਸਾਨੂੰ ਕੋਠੇ ਤੇ ਚੜਨੋਂ ਕੋਈ ਨਹੀਂ ਰੋਕ ਸਕਦਾ। ਆ ਜਾ ਫਿਰ ਹੁਣ ਚੜ ਕੇ ਦੇਖ, ਤੈਨੂੰ ਮੈਂ ਕਿਹੜੀ ਸੁੰਗੀ ਵੱਡੀ ਬੜੀ ਫਿਰਦੀ ਹੈ ਤੂੰ। ਆ ਜੀ ਫਿਰ, ਤੇਰੇ ਵਰਗੀਆਂ 20 ਦੇਖੀਆਂ ਨੇ, ਮਾਰ ਕੇ ਚਪੇੜਾ ਦੂਜੇ ਪਾਸੇ ਲਾ ਦੂੰ ਮੂੰਹ। ਖੜ ਜਾ ਬੁੜੀਏ, ਤੈਨੂੰ ਮੈਂ ਕਰ ਦਿਆਂ। ਲੈ ਕੀ ਕਰ ਦੇਂਗੀ ਤੂੰ? ਬੂਨੀ ਮਾਰਤੀ, ਤੂੰ ਮਾਰਤੀ ਮਾਰਤੀ ਬੂਨੀ ਮਾਰਤੀ, ਬੂਨੀ ਮਾਰਤੀ ਮਾਰਿਆ ਨਹੀਂ ਮੈਂ ਤਾਂ, ਬੂਨੀ ਮਾਰਤੀ ਬੂਨੀ ਮਾਰਤੀ ਬੂਨੀ ਮਾਰਤੀ ਮਾਰਤੀ। ਛੱਡ ਪੁੱਤ ਛੱਡ, ਨਹੀਂ 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 ਹੈ ਕਮਲਾ, ਤੁਸੀਂ ਮੇਰੇ ਅੱਖਰੀ ਵੀ ਨਹੀਂ ਦੇਖਦੇ, ਸ਼ਰਮ ਨਹੀਂ ਆਉਂਦੀ ਤੁਹਾਨੂੰ? ਬੈਠੋ ਇੱਥੇ ਹੁਣ, ਪਾਵੇਂ ਕਿ ਚੋਗਾ ਬੇਬੇ, ਤੁਸੀਂ ਤਾਂ ਮੇਰੇ ਅੱਖਰੀ ਵੀ ਨਹੀਂ ਦੇਖਦੇ ਬੇਬੇ। ਬਾਮ ਰੋਟੀ ਨੇ ਸ਼ਰਮੀ ਲਾਤੀ ਤੁਸੀਂ ਤਾਂ ਸਾਰਿਆਂ ਨੇ ਜਮੀ, ਕਮਾਲ ਦੀ ਗੱਲ ਹੋ ਗਈ। ਦੇਖੋ ਸਰਪੰਚ ਸਾਹਿਬ, ਇਹਨਾਂ ਨੇ ਨਜਾਇਜ਼ ਕਰੀਏ ਸਾਡੇ ਨਾਲ। ਦੇਖੋ ਭਾਈ, ਤੁਸੀਂ ਤਾਂ ਮੇਰਾ ਵੀ ਨਹੀਂ ਮੂੰਹ ਮੱਥਾ ਰੱਖਿਆ, ਕਮਾਲ ਦੀ ਗੱਲ ਹੈ। ਤੁਸੀਂ ਤਾਂ ਤਾਂ ਹੀ ਜਾਂਦੇ ਹੋ ਚੜ੍ਹਦੇ, ਇਹਨਾਂ ਦਾ ਕੋਠਾ ਇਹ ਕਦੋਂ ਮਰਜ਼ੀ ਚੜ੍ਹ ਸਕਦੇ ਨੇ, ਤੁਸੀਂ ਕਿਵੇਂ ਰੋਕ ਸਕਦੇ ਹੋ ਇਹਨਾਂ ਨੂੰ? ਦੇਖੋ ਸਰਪੰਚ ਸਾਹਿਬ, ਉਹ ਗੱਲ ਨਹੀਂ ਹੁੰਦੀ, ਇਹ ਮੈਨੂੰ ਪਿਆਰ ਨਾਲ ਕਹਿੰਦੇ ਵੀ ਕੋਠੇ 'ਤੇ ਨਾ ਚੜ੍ਹਿਆ ਕਰ। ਹਾਂ ਸਰਪੰਚ ਸਾਹਿਬ, ਤੁਸੀਂ ਸਾਨੂੰ ਇੱਕ ਵਾਰੀ ਕਹਿੰਦੇ, ਅਸੀਂ ਕਿਹੜਾ ਤੁਹਾਡਾ ਕਹਿਣਾ ਮੋੜਨਾ ਸੀ, ਨਾ ਲੜਾਈ ਝਗੜੇ 'ਚ ਕੀ ਪਿਆ ਜੀ, ਅਸੀਂ ਤਾਂ ਨਾ ਬਹੁਤ ਇੱਜ਼ਤ ਕਰਦੇ ਹਾਂ ਜੀ ਤੁਹਾਡੀ। ਦੇਖ ਗੇਜੋ, ਅੱਜ ਤੋਂ ਬਾਅਦ ਬਿਨਾਂ ਕਿਸੇ ਕੰਮ ਤੋਂ ਤਾਂ ਕੋਠੇ 'ਤੇ ਨਹੀਂ ਚੜ੍ਹਨਾ। ਜੇ ਤਾਂ ਪੰਛੀਆਂ ਨੂੰ ਚੋਗਾ ਪਾਉਣਾ, ਦਿਨ 'ਚ ਇੱਕ ਅੱਧੀ ਵਾਰੀ ਪਾ ਸਕਦੀ ਹੈ, ਬਾਕੀ ਤੇਰੀ ਖੁਸ਼ੀ ਹੈ। ਨਾ ਜੀ ਨਾ ਜੀ ਬੇਬੇ, ਤੈਨੂੰ ਕੀ ਲੋੜ ਆ ਕੋਠੇ 'ਤੇ ਚੜ੍ਹਨ ਦੀ, ਪੰਛੀ ਬੇੜੇ 'ਚ ਬਥੇਰੇ ਆਉਂਦੇ ਨੇਗੇ, ਉੱਥੇ ਪਾਇਆ ਕਰ ਬੈਠੀ ਬੈਠੀ ਚੋਗਾ ਹੈ। ਨਾ ਜੀ ਨਾ ਜੀ ਹੁਣ ਨਹੀਂ ਚੜ੍ਹਦੀ ਹੈਗੀ। ਨਾ ਨਾ ਫਿਰ ਤਾਂ ਫੈਸਲਾ ਹੋ ਹੀ ਗਿਆ, ਨਿਬੜ ਗਿਆ ਮਸਲਾ, ਮਾਫੀ ਮੰਗੋ ਬਈ ਇਹਨਾਂ ਤੋਂ। ਚਾਚੀ ਮੈਨੂੰ ਮਾਫ ਕਰ ਦੇ। ਨਾ ਨਾ ਸੁਖਪਾਲ, ਕੋਈ ਨਾ ਕੋਈ ਨਾ। ਚੱਲ ਭਿੰਦਰਾ, ਤੂੰ ਵੀ ਦਿਲ 'ਤੇ ਨਾ ਲਾਈ ਯਾਰ, ਸੋਰੀ। ਨਾ ਨਾ ਕੋਈ ਨਾ ਜੱਸਾ ਕੋਈ ਨਾ, ਆਪਣੀ ਤਾਂ ਭਰਾਵਾਂ ਵਾਲੀ ਗੱਲ ਆ ਯਾਰ। ਚਲੋ ਭਾਈ, ਮਸਲਾ ਨਿਬੜ ਗਿਆ, ਬਹੁਤ ਵਧੀਆ ਹੋ ਗਿਆ। ਆ ਜਾ ਬੇਬੇ ਚੱਲੀਏ, ਹੁਣ ਨਾ ਚੁੱਗਾ ਚੁੱਗਾ ਪਾਉਣ ਦਾ ਪੰਗਾ ਲਈ, ਵਿਹੜੇ 'ਚ ਪਾ ਪੂ ਲਿਆ ਕਰੀ। ਚੱਲ ਬਹਿ ਜਾ ਪੁੱਤ, ਜੇ ਚਾਹ ਪੀਣੀ ਹੈ ਭਿੰਦਰਾ। ਨਾ ਨਾ ਬਸ ਜੀ, ਧੰਨਵਾਦ ਜੀ, ਸ਼ੁਕਰੀਆ। ਸਰਪੰਚ ਸਾਹਿਬ, ਅਸੀਂ ਤੁਹਾਡਾ ਧੰਨਵਾਦ ਕਰਨ ਆਏ ਹਾਂ, ਹੁਣ ਤਾਂ ਗੇਜੋ ਚਾਚੀ ਕੋਠੇ 'ਤੇ ਚੜ੍ਹਦੀ ਨਹੀਂ। ਕੋਠੇ 'ਤੇ ਹੁਣ ਉਹਨੇ ਕਿਹੜਾ ਚੜ੍ਹਨਾ ਸੀ, ਉਹ ਸਾਰੀ ਜ਼ਿੰਦਗੀ ਨਹੀਂ ਕੋਠੇ 'ਤੇ ਚੜ੍ਹਦੀ, ਮੈਂ ਤਾਂ ਉੱਦੀ ਦੇਖ ਲਿਆ ਸੀ ਉਹਦਾ ਹਿਸਾਬ ਕਿਤਾਬ। ਇਹ ਲੱਤੋਂ ਕੇ ਮੂੰਹ ਤੋਂ ਬਾਤੋਂ ਸੇ ਨਹੀਂ ਮੰਨਦੇ, ਤਾਂ ਹੀ ਮੈਂ ਤੈਨੂੰ ਇਸ਼ਾਰਾ ਕਹਿ ਰਿਹਾ ਸੀ ਪੈਰ ਦੱਬ ਕੇ, ਮੈਂ ਕਿਹਾ ਚੰਮ ਦੇ। ਦੇਖ ਮਿੰਟਾਂ 'ਚ ਨਾਲੇ ਤਾਂ ਪੁੱਤ ਮੇਰੀ ਇੱਜ਼ਤ ਕਰਨ ਲੱਗ ਗਏ, ਨਾਲੇ ਮੁੜ ਕੇ ਕਦੇ ਕੋਠੇ 'ਤੇ ਨਹੀਂ ਚੜ੍ਹੀ। ਤੂੰ ਐਂ ਹਿਸਾਬ ਲਾ ਲੈ, ਇਹਨੂੰ ਪਤਾ ਲੱਗ ਗਿਆ ਢਿੱਲੀ ਉਦੋਂ ਹੀ ਪੈ ਗਈ, ਇਹ ਪਤਾ ਲੱਗ ਗਿਆ ਇਹਨੂੰ ਵੀ ਇਹ ਤਾਂ ਇਹਨਾਂ ਦੇ ਨਾਲ ਹੈ, ਵੀ ਇਹ ਸਰਪੰਚ ਨਹੀਂ ਨੇ ਕਰਾਇਆ ਜਿਹੜਾ ਕੁਛ ਕਰਾਇਆ। ਹਾਂਜੀ ਹਾਂਜੀ। ਮਖਾਈ ਜਮਾਂ ਤੱਕੜੇ ਵਾਂਗੂ ਸਿੱਧੀ ਹੋ ਗਈ, ਮੈਂ ਤਾਂ ਹੈਰਾਨ ਹਾਂ। ਸਿੱਧੀ ਕਿਵੇਂ ਨਾ ਹੁੰਦੀ ਪੁੱਤ, ਮੇਰੀ ਸਾਰੀ ਉਮਰ ਹੀ ਪੁੱਤ ਰਾਜੀਨਾਮਿਆਂ 'ਚ ਨਿਕਲ ਗਈ, ਮੇਰੇ ਕੋਲ ਸਾਰੇ ਢੰਗ ਨੇ ਇਹੋ ਜਿਹੇ। ਸਹੀ ਗੱਲ ਹੈ ਤੁਹਾਡੀ, ਧੰਨਵਾਦ ਜੀ ਤੁਹਾਡਾ, ਸਾਥ ਤੋਂ ਨਹੀਂ ਇਹ ਲੋਟ ਆਉਂਦੀ ਤੀ। ਇਹ ਬਾੜੀ ਦੜਕੀ ਹੋਈ ਜਨਾਨੀ ਸੀ, ਇਹ ਲੋਟ ਵਾਲੀ ਨਾਲ ਹੈ ਨਹੀਂ, ਮੁੰਡਾ ਵੀ ਇਹਨੇ ਨਾਲ ਲਾ ਲਿਆ। ਇਹੋ ਜਿਹਾ ਮੁੰਡਾ ਨਾਲ ਹੀ ਲਾ ਲਿਆ ਮੁੰਡਾ, ਮੁੰਡਾ ਕਾਮੜਿਆ ਫੇਰ ਹੋਇਆ ਸਿੱਧਾ। ਹਾਂ ਵੀ ਤੁਹਾਡਾ ਘਰ ਦਾ ਕਮਾਂਡ ਹੈ, ਮਾਂ ਕਿੰਨਾ ਚਿਰ ਬੈਠੀ ਰਹੂਗੀ, ਫੇਰ ਤਾਂ ਤੈਨੂੰ ਉਹਨੇ ਜੱਫੀ ਪਾ ਕੇ ਮਿਲਿਆ ਵੀ ਬਾਈ ਠੀਕ ਹੈ। ਹਾਂ ਫੇਰ ਤਾਂ ਬੋਲਣਾ ਪੈ ਗਿਆ, ਕੰਡ ਝੜ ਹੋ ਗਈ। ਹਾਂਜੀ ਸਤਿ ਸ਼੍ਰੀ ਅਕਾਲ, ਸਲਾਮ ਅਦਾਬ ਨਮਸਕਾਰ, ਤੁਸੀਂ ਜੁੜੇ ਪਿੰਡੂ ਬਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ। ਚਹਿਲ ਫੈਮਿਲੀ ਮੋਹਾਲੀ, ਕੁਲਦੀਪ ਸਿੰਘ ਪਿੰਡ ਮਨਿਆਣਾ ਸੰਗਰੂਰ, ਬਿੰਦਰ ਅਲੀ ਸ਼ੇਰ, ਦਲਜੀਤ ਸੰਗਰੂਰ, ਜਗਦੀਪ ਬੁੱਟਰ, ਬਲਵੀਰ ਸਿੰਘ ਨਿੱਕਾ ਦਾਨੀ ਵਾਲਾ, ਜਗਤਾਰ ਮਾਸਟਰ ਮੋਹਾਲੀ, ਨੀਲਮ ਮਾਨਸਾ, ਕਾਲੀ ਗਾਗਾ, ਸੰਦੀਪ ਸ਼ਰਮਾ ਚੰਡੀਗੜ੍ਹ, ਮੀਨਾਕਸ਼ਰੀ ਸਿਡਨੀ, ਗੁਰਜੀਤ ਧਾਲੀਵਾਲ ਰਾਮਪੁਰਾ, ਦਰਸ਼ਨ ਸੰਧੂ ਪੰਮਾ, ਅਮਰੀਕ ਟੇਲਰ ਮੰਘਾਣੀਆਂ, ਸੰਦੀਪ ਸਿੰਘ ਪੰਜੇਤਾ, ਮਨਦੀਪ ਵਾਛੀਵਾੜਾ ਸਾਹਿਬ, ਕੁਲਵਿੰਦਰ ਕੌਰ ਗਰੇਵਾਲ। ਸ਼ੁਕਰੀਆ ਜੀ, ਮਿਹਰਬਾਨੀ ਜਿਹੜਾ ਤੁਸੀਂ ਪੇਂਡੂ ਵਿਰਸਾ ਨੂੰ ਇੰਨਾ ਪਿਆਰ ਦੇ ਰਹੇ ਹੋ। ਹਾਂਜੀ ਬਾਈ ਜੀ, ਸਾਡੀ ਵੀਡੀਓ ਕਿ ਦੱਬ ਕੇ ਸ਼ੇਅਰ ਕਰਦਿਆ ਕਰੋ, ਸਾਰੇ ਰਿਸ਼ਤੇਦਾਰਾਂ ਨੂੰ ਭੇਜ ਦਿਆ ਕਰੋ।